नमस्कार, ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ। ਰਾਜਪੁਰਾ ਸ਼ਹਿਰ ਤੋਂ ਇੱਕ ਵੈਬ ਚੈਨਲ ਦੇ ਪੱਤਰਕਾਰ ਰਮੇਸ਼ ਸ਼ਰਮਾ ਦੀ ਖੁਦਕੁਸ਼ੀ ਮਾਮਲੇ ਦੇ ਵਿੱਚ ਨਾਮਜ਼ਦ ਹਲਕਾ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੇ ਪੁੱਤਰ, ਸਾਬਕਾ ਯੂਥ ਕਾਂਗਰਸ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਨਿਰਭੈ ਸਿੰਘ ਮਿਲਟੀ ਨੂੰ ਬੀਤੇ ਦਿਨੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਜ਼ਮਾਨਤ ਦਿੰਦਿਆਂ ਉਹਨਾਂ ਦੀ ਗ੍ਰਿਫਤਾਰੀ ਉੱਤੇ ਰੋਕ ਲਗਾਉਂਦਿਆਂ ਹੋਇਆ ਪੁਲਿਸ 15 ਦਿਨਾਂ ਦੇ ਵਿੱਚ ਪੁਲਿਸ ਜਾਂਚ ਦੇ ਵਿੱਚ ਸ਼ਾਮਲ ਹੋਣ ਦੇ ਹੁਕਮ ਸੁਣਾਏ ਸਨ, ਜਿਸ ਦੇ ਚੱਲਦੇ ਹੋਏ ਸ਼ੁੱਕਰਵਾਰ ਨੂੰ ਨਿਰਭੈ ਸਿੰਘ ਮਿਲਟੀ ਕੰਬੋਜ ਆਪਣੇ ਵਕੀਲ ਅਭਿਨਵ ਓਬਰਾਏ ਤੇ ਆਪਣੇ ਪਾਰਟੀ ਅਹੁਦੇਦਾਰਾਂ ਦੇ ਨਾਲ ਥਾਣਾ ਸਿਟੀ ਰਾਜਪੁਰਾ ਵਿਖੇ ਪਹੁੰਚੇ ਤੇ ਉਹਨਾਂ ਜਾਂਚ ਦੇ ਵਿੱਚ ਸ਼ਾਮਲ ਹੋਣ ਲਈ ਥਾਣਾ ਸਿਟੀ SHO ਇੰਸਪੈਕਟਰ ਰਕੇਸ਼ ਕੁਮਾਰ ਭਨੋਟ ਨੂੰ ਆਪਣਾ ਪੱਤਰ ਸੌਂਪੇ। ਇਸ ਮੌਕੇ ਪੱਤਰ ਸੌਂਪਣ ਤੋਂ ਬਾਅਦ ਗੱਲਬਾਤ ਕਰਦੇ ਹੋਏ ਨਿਰਭੈ ਸਿੰਘ ਮਿਲਟੀ ਕੰਬੋਜ ਨੇ ਕਿਹਾ ਕਿ ਉਹਨਾਂ ਨੂੰ ਨਿਆਂਪਾਲਿਕਾ ਤੇ ਪੂਰਾ ਭਰੋਸਾ ਹੈ ਅਤੇ ਉਹਨਾਂ ਨੇ ਕਿਹਾ ਕਿ ਉਹਨਾਂ ਤੇ ਸਾਜ਼ਿਸ਼ ਤਹਿਤ ਕੇਸ ਦਰਜ ਕੀਤਾ ਗਿਆ ਹੈ, ਪਰ ਹੁਣ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ ਤੇ ਹੁਣ ਪੁਲਿਸ ਜਾਂਚ ਦੇ ਵਿੱਚ ਉਹ ਪੂਰਾ ਸਹਿਯੋਗ ਦੇਣਗੇ। ਪਟਿਆਲਾ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਅੰਸ਼ੁਮਨ ਦੀ ਰਿਪੋਰਟ। ਮਾਨਯੋਗ ਹਾਈ ਕੋਰਟ ਪੰਜਾਬ ਹਰਿਆਣਾ ਹਾਈ ਕੋਰਟ ਨੇ ਆਦੇਸ਼ ਕੀਤੇ ਸਨ ਪਿਛਲੇ ਦਿਨਾਂ 'ਚ, ਕੁਛ ਮਹੀਨੇ ਪਹਿਲਾਂ ਮੇਰੇ 'ਤੇ ਕੋਈ FIR ਜਿਹੜੀ ਦਰਜ ਹੋਈ ਸੀ, ਅਤੇ ਮਾਨਯੋਗ ਕੋਰਟ ਨੇ ਜਿਹੜਾ ਹੈਗਾ ਸਾਨੂੰ ਇੰਟਰਮ ਰਿਲੀਫ ਦਿੱਤੀ ਸੀਗੀ ਅਤੇ ਆਦੇਸ਼ ਕੀਤਾ ਸੀਗਾ ਵੀ ਵਿਦ ਇਨ ਟਾਈਮ ਪੀਰੀਅਡ ਜਿਹੜਾ ਹੈਗਾ ਤੁਸੀਂ ਇਨਵੈਸਟੀਗੇਸ਼ਨ ਜੁਆਇਨ ਕਰੋ, ਅਤੇ ਅਦਾਲਤ ਦੇ ਹੁਕਮਾਂ ਨੂੰ ਮੰਨਦਿਆਂ ਹੋਇਆ ਅਸੀਂ ਅੱਜ ਇਨਵੈਸਟੀਗੇਸ਼ਨ ਜੁਆਇਨ ਕਰਨ ਆਏ ਸੀਗੇ। ਹਾਂਜੀ, ਇਨਵੈਸਟੀਗੇਸ਼ਨ ਜੁਆਇਨ ਹੋ ਚੁੱਕੀ। ਇਸ ਸੰਬੰਧਤ ਆਈ ਥਿੰਕ 17/4 ਹੈ ਅਗਲੇ ਮਹੀਨੇ। ਹਾਂਜੀ ਹਾਂਜੀ, ਇਨਵੈਸਟੀਗੇਸ਼ਨ ਜੁਆਇਨ ਕਰਾਈ ਹੈ। ਸਰ, ਅੱਜ ਆਪਣੇ ਕਲਾਇੰਟ ਨੂੰ ਲੈ ਕੇ ਜਿਹੜੇ ਤੁਸੀਂ ਪਹੁੰਚੇ ਹੋ, ਕੀ ਜਿਹੜੀ ਹੈ ਇਨਵੈਸਟੀਗੇਸ਼ਨ ਜੁਆਇਨ ਕੀਤੀ ਹੈ? ਸਰ, ਇਨਵੈਸਟੀਗੇਸ਼ਨ ਪ੍ਰੋਪਰਲੀ ਜੁਆਇਨ ਹੋ ਚੁੱਕੀ ਹੈ। ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਜੀ ਵੱਲੋਂ ਆਦੇਸ਼ ਹੋਏ ਸੀ ਵਿਦ ਇਨ 2 ਵੀਕਸ ਜਿਹੜਾ ਇਨਵੈਸਟੀਗੇਸ਼ਨ ਜੁਆਇਨ ਕਰਨੀ ਸੀ, ਅਤੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ ਅਸੀਂ ਇਨਵੈਸਟੀਗੇਸ਼ਨ ਜੁਆਇਨ ਕਰਨ ਆਏ ਸੀ ਅਤੇ ਇਨਵੈਸਟੀਗੇਸ਼ਨ ਪ੍ਰੋਪਰਲੀ ਜੁਆਇਨ ਹੋ ਚੁੱਕੀ ਹੈ ਜੀ। ਕੱਲ੍ਹ ਵੀ ਤੁਸੀਂ ਕਰਨਾ ਸੀ ਜੁਆਇਨ ਉਸ ਟਾਈਮ? ਤਾਂ ਕੁਛ ਮਜਬੂਰੀ ਸੀ ਇਨਵੈਸਟੀਗੇਟਿੰਗ ਆਫਿਸਰ ਦੀ, ਉਹ ਕੱਲ੍ਹ ਦਾ ਅੱਜ ਦਾ ਟਾਈਮ ਦਿੱਤਾ ਸੀ, ਅੱਜ ਅਸੀਂ ਆਏ ਹਾਂ ਤਾਂ ਇਨਵੈਸਟੀਗੇਸ਼ਨ ਜੁਆਇਨ ਹੋ ਚੁੱਕੀ ਹੈ ਜੀ।